ਸੋ ਸ੍ਰੀ ਗੱਲ ਜੀ ਮੈਂ ਜੀ ਐਸ ਢਿੱਲੋਂ ਮੈਨੇਜਿੰਗ ਡਾਇਰੈਕਟਰ 우ਡਾਨ মিডিਆ ਐਂਡ ਕਮਿਊਨੀਕੇਸ਼ਨਸ ਪ੍ਰਾਈਵੇਟ ਲਿਮਟਿਡ ਕਿਸਾਨ ਭਰਾਵਾਂ ਵਾਲੇ ਮੈਂ ਖਾਸ ਇੱਕ ਜਾਣਕਾਰੀ ਲੈ ਕੇ ਆਇਆ ਕਿ ਇੰਡੀਆ ਐਗਰੀ ਪ੍ਰੋਗਰੈਸ ਐਕਸਪੋ ਪੰਜਾਬ ਦੇ ਵਿੱਚ ਇੱਕ ਐਗਜ਼ਿਬਿਸ਼ਨ ਹੋਣ ਜਾ ਰਹੀ ਹੈ ਜਿਹੜੀ ਕਿ ਲੇਟੈਸਟ ਐਗਰੀਕਲਚਰ ਮਸ਼ੀਨਰੀ ਦੇ ਉੱਪਰ ਹੈ 21 22 ਜਨਵਰੀ 2023 ਲੁਧਿਆਣਾ ਐਗਜ਼ਿਬਿਸ਼ਨ ਸੈਂਟਰ ਸਾਹਨੇਵਾਲ ਲੁਧਿਆਣਾ ਚ ਐਗਜ਼ਿਬਿਸ਼ਨ ਹੋਣੀ ਹੈ ਇਹ ਸੈਕਜ਼ਿਬਿਸ਼ਨ ਦਾ ਜਿਹੜਾ ਮੁੱਖ ਖਿੱਚਦਾ ਕੇਂਦਰ ਹੈਗਾ ਉਹ ਹੈਗਾ ਲੇਟੈਸਟ ਮਸ਼ੀਨਰੀ ਜੋ ਵੀ ਇੰਡੀਆ ਚ ਅਵੇਲੇਬਲ ਹੈਗੀ ਉਹ ਇੱਥੇ ਡਿਸਪਲੇ ਤੇ ਹੋਊਗੀ 200 ਕੰਪਨੀਆਂ ਪੈਨ ਇੰਡੀਆ ਤੋਂ ਸਾਰੇ ਇੰਡੀਆ ਤੋਂ ਸਾਡੇ ਨਾਲ ਪਾਰਟਿਸਿਪੇਟ ਕਰ ਰਹੀ ਹੈ ਲੇਟੈਸਟ ਮਸ਼ੀਨਰੀ ਲੈ ਕੇ ਆ ਰਹੀ ਹੈ ਪਰਾਲੀ ਦੀ ਜਿਹੜੀ ਸਾਮ ਸੰਭਾਲ ਸਾਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਇਹਦੇ ਵਿੱਚ ਅਸੀਂ ਪਰਾਲੀ ਨੂੰ ਖੇਤ ਦੇ ਅੰਦਰ ਜਾਂ ਖੇਤ ਤੋਂ ਬਾਹਰ ਕਿਸ ਤਰ੍ਹਾਂ ਸਾਮ ਸੰਭਾਲ ਕਰ ਸਕਦੇ ਹਾਂ ਉਹਦੇ ਤੇ ਮਸ਼ੀਨਰੀ ਪਲੱਸ ਨਾਲ ਨਾਲ ਹੀ ਸੈਮੀਨਾਰਸ ਹੈਗੇ ਨੇ ਦੂਸਰਾ ਹੈ ਡਰੋਨ ਅੱਜਕੱਲ ਬਹੁਤ ਹੀ ਹੌਟ ਟਾਪਿਕ ਹੈਗਾ ਕਿ ਹਰ ਜਗ੍ਹਾ ਤੇ ਹਰ ਖੇਤਰ ਦੇ ਵਿੱਚ ਡਰੋਨ ਨੇ ਅੱਛੀ ਭੂਮਿਕਾ ਨਿਭਾਉਣੀ ਆਨਵਰਲ ਟਾਈਮ 'ਚ ਤਾਂ ਡਰੋਨ ਦੇ ਉੱਤੇ ਵੀ ਅਸੀਂ ਸੈਮੀਨਾਰਸ ਕਰ ਰਹੇ ਹਾਂ ਪਲੱਸ ਉੱਥੇ ਡਿਸਪਲੇ ਤੇ ਵੀ ਹੈਗਾ ਡਰੋਨ ਤੀਸਰਾ ਜਿਹੜਾ ਮੇਨ ਹੈਗਾ ਉਹ ਹੈਗਾ ਚਾਰਾ ਚਾਰਾ ਗੇਮ ਚੇਂਜਰ ਆਨਵਰਲ ਟਾਈਮ ਦਾ ਪੰਜਾਬ ਦਾ ਤਾਂ ਚਾਰੇ ਦੀ ਅਸੀਂ ਚਾਰੇ ਦੀ ਪੈਦਾਵਾਰ ਕਿਵੇਂ ਵਧਾਈਏ ਚਾਰੇ ਦੀ ਖੱਬ ਤੱਕ ਕਿੱਥੇ ਕਰੀਏ ਚਾਰੇ ਨੂੰ ਕਿਸ ਤਰ੍ਹਾਂ ਸੀ ਪ੍ਰੋਸੈਸ ਕਰੀਏ ਅਮੈਥੈਕਸ ਕਰਦਾ ਹੈ ਗਵਰਨਮੈਂਟ ਆਫ ਇੰਡੀਆ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਗਵਰਨਮੈਂਟ ਆਫ ਪੰਜਾਬ ਹਰਿਆਣਾ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤੀ ਹੈ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਸਾਡੀ ਸਪੋਰਟ ਚ ਨੇ ਤੇ ਸਾਡੇ ਮੈਨੂਫੈਕਚਰਰਸ ਐਸੋਸੀਏਸ਼ਨ ਆ ਪਸਾਈਮੈਂਟ ਐਮਾ ਮੈਂ ਸਾਰੇ ਭਰਾਵਾਂ ਨੂੰ ਕਹਾਂਗਾ ਆਓ ਇਹਦਾ ਮੈਕਸਿਮਮ ਫਾਇਦਾ ਠਾਓ 200 ਕੰਪਨੀਆਂ ਤਕਰੀਬਨ 3000 ਦੇ ਕਰੀਬ ਉੱਥੇ ਮਸ਼ੀਨਰੀ ਲਾਈਵ ਡਿਸਪਲੇ ਤੇ ਹੋਊਗੀ ਤੇ 3 ਦਿਨ ਤੁਹਾਨੂੰ ਪੂਰੀ ਜਾਣਕਾਰੀ ਵਾਲੇ ਸੈਮੀਨਾਰਸ ਹੋਣਗੇ ਡਰੋਨ ਦੇ ਉੱਤੇ ਪਰਾਲੀ ਦੀ ਸਾਮ ਸੰਭਾਲ ਉੱਤੇ ਆਉਣ ਵਾਲੀ ਖੇਤੀ ਕਿੱਦਾਂ ਦੀ ਹੋਣ ਜਾ ਰਹੀ ਹੈ ਉਹਦੇ ਤੇ ਅਲੱਗ-ਅਲੱਗ ਸੈਮੀਨਾਰਸ ਨੇ ਅਸੀਂ ਤੁਹਾਨੂੰ ਬਹੁਤ ਜਲਦੀ ਉਹਦੇ ਬਾਰੇ ਵੀ ਜਾਣਕਾਰੀ ਦੇਵਾਂਗੇ ਤਾਂ 20 21 22 ਲੁਧਿਆਣਾ ਐਕਸੀਬਿਸ਼ਨ ਸੈਂਟਰ ਸਾਨੇਵਾਲ ਲੁਧਿਆਣਾ